ਹਰ ਘਰ ਦੇ ਵਿੱਚ ਇੱਕ ਰਸੋਈ ਤੇ ਬਣੀ ਹੋਈ ਹੈ ਨਾ, ਕਿਚਨ ਬਣਿਆ ਹੋਇਆ ਹਰ ਘਰ ਦੇ ਜਿੱਥੇ ਅਸੀਂ ਭੋਜਨ ਬਣਾਉਂਦੇ ਹਾਂ। ਹਰ ਘਰ ਦੇ ਵਿੱਚ 4-5 ਫੁੱਟ 3 ਫੁੱਟ ਥਾਂ ਐਸੀ ਵੀ ਹੋਣੀ ਚਾਹੀਦੀ ਹੈ ਜਿੱਥੇ ਬੈਠ ਕੇ ਬੰਦਾ ਜਾਪ ਕਰ ਸਕੇ ਚਾਹੀਦਾ, ਉਹ ਵੀ ਇੱਕ ਰਸੋਈ ਹੈ। ਉੱਥੇ ਆਤਮਾ ਦਾ ਭੋਜਨ ਬਣਾਉਣਾ ਹੈ, ਸਰੀਰ ਦਾ ਭੋਜਨ ਬਣ ਰਿਹਾ ਹੈ ਜਿਸ ਕਿਚਨ ਦੇ ਵਿੱਚ, ਇੱਕ ਐਸਾ ਕਿਚਨ ਵੀ ਚਾਹੀਦਾ, ਇੱਕ ਐਸੀ ਰਸੋਈ ਵੀ ਚਾਹੀਦੀ ਹੈ ਜਿੱਥੇ ਰੂਹ ਦੀ ਖੁਰਾਕ ਬਣਾਈ ਜਾ ਸਕੇ, ਆਤਮਾ ਦੀ ਖੁਰਾਕ ਬਣਾਈ ਜਾ ਸਕੇ, ਉੱਥੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋਵੇ। ਔਰ ਰੋਜ਼ ਅਗਰ ਉੱਥੇ ਜਾਪ ਹੋਵੇ ਉਹ ਜਗ੍ਹਾ ਇਤਨੀ ਪਵਿੱਤਰ ਹੋ ਜਾਏਗੀ, ਉਹ ਜਗ੍ਹਾ ਇਤਨੀ ਮਹਾਨ ਹੋ ਜਾਏਗੀ, ਉੱਥੋਂ ਦੀ ਵਾਈਬ੍ਰੇਸ਼ਨ ਐਸੀ ਸੋਹਣੀ ਬਣੇਗੀ, ਅਗਰ ਠੱਗ ਤੇ ਸ਼ੈਤਾਨ ਵੀ ਉੱਥੇ ਆ ਕੇ ਬੈਠੇ ਉਹਦੀ ਰਸਨਾ ਤੋਂ ਵਾਹਿਗੁਰੂ ਨਿਕਲ ਜਾਏਗਾ, ਲਾਜ਼ਮੀ ਨਿਕਲੇਗੀ, ਉਸ ਜਗ੍ਹਾ ਦਾ ਅਸਰ ਹੋਵੇ। ਇਹਨੂੰ ਕਹਿੰਦੇ ਅਸਥਾਨ ਭੇਦ, ਜਗ੍ਹਾ ਦਾ ਅਸਰ, ਪਰ ਇਹ ਜਾਤ ਨਹੀਂ। ਤੇ ਇਹ ਜਾਤ ਨਾ ਹੋਵੇ ਤੇ ਸਭ ਕੁਛ ਤੁਸੀਂ ਕਰੀ ਜਾਓ, ਸਮਾਂ ਕਰਨੀ ਇਹ ਕੋਈ ਬਹੁਤਾ ਲਾਭਕਾਰੀ ਨਹੀਂ ਹੁੰਦਾ। ਇਹਦੇ ਉੱਤੇ ਇੱਕ ਮੈਂ ਦਲੀਲ ਦੇਣਾ ਹੁੰਦਾ, ਸ਼ਾਇਦ ਤੁਹਾਡੇ ਵਾਸਤੇ ਕਾਬਲੇ ਕਬੂਲ ਹੋਵੇ। ਇੱਕ ਕਿਸਾਨ ਨੇ, ਜ਼ਮੀਨਦਾਰ ਨੇ ਜ਼ਮੀਨ ਵਿੱਚ ਹੱਲ ਚਲਾਇਆ, ਖਾਦ ਵੀ ਪਾਈ, ਪਾਣੀ ਵੀ ਦਿੱਤਾ, ਜ਼ਮੀਨ ਵਿੱਚ ਵੱਤਰ ਵੀ ਸੀ, ਚਾਰੋਂ ਪਾਸੇ ਵਾੜ ਵੀ ਬਣਾ ਲਈ, ਰਖਵਾਲੀ ਕਰਨ ਵਾਸਤੇ ਬੈਠ ਵੀ ਗਿਆ। 15-20 ਦਿਨ ਲੰਘ ਗਏ, ਜ਼ਮੀਨ ਵਿੱਚੋਂ ਕੁਛ ਜੰਮਿਆ ਨਹੀਂ, ਕੁਛ ਪੈਦਾ ਨਹੀਂ। ਆਖਿਰ ਕਿਸੇ ਸਿਆਣੇ ਨੂੰ ਬੁਲਾ ਲਿਆ ਤੇ ਕਹਿੰਦਾ ਕੁਛ ਪੈਦਾ ਹੀ ਨਹੀਂ ਹੋਇਆ, ਕੁਛ ਜੰਮਿਆ ਹੀ ਨਹੀਂ। ਸਿਆਣਾ ਕਹਿੰਦਾ ਤੂੰ ਹੱਲ ਚਲਾਇਆ ਸੀ, ਕਹਿੰਦਾ 3 ਦਫਾ ਚਲਾਇਆ, 1 ਦਫਾ ਤੂੰ ਜ਼ਮੀਨ ਵਿੱਚ ਵੱਤਰ ਹੈ ਸੀ, ਕਹਿੰਦਾ ਮੈਂ ਪਾਣੀ ਦਿੱਤਾ, ਤੂੰ ਖਾਦ ਪਾਈ ਗਈ, ਕਹਿੰਦਾ ਬਹੁਤ ਵਧੀਆ ਖਾਦ ਮੈਂ ਪਾਈ, ਸਵਾਦਾ ਫੇਰਿਆ ਸੀ, ਕਹਿੰਦਾ ਹਾਂ ਮੈਂ ਸਵਾਦਾ ਵੀ ਫੇਰਿਆ। ਅੱਛਾ ਇਹ ਦੱਸੂ ਬੀਜ ਕਿਹੜਾ ਪਾਇਆ, ਕਹਿੰਦਾ ਬੀਜ ਤੇ ਮੈਂ ਕੋਈ ਨਹੀਂ ਪਾਇਆ। ਜੇ ਤੂੰ ਬੀਜ ਹੀ ਨਹੀਂ ਪਾਇਆ ਤੇ ਹੱਲ ਚਲਾਇਆ ਵਿਅਰਥ ਚਲਾ ਗਿਆ, ਖਾਦ ਪਾਈ ਵਿਅਰਥ ਚਲੀ ਗਈ, ਪਾਣੀ ਦਿੱਤਾ ਹੋਇਆ ਵਿਅਰਥ ਚਲਾ ਗਿਆ, ਸਵਾਦਾ ਫੇਰਿਆ ਹੋਇਆ ਵਿਅਰਥ ਚਲਾ ਗਿਆ। ਕਸ਼ਮਾ ਕਰਨੀ, ਕਥਾ ਕੀਰਤਨ ਸੁਣਨਾ, ਗੁਰਦੁਆਰੇ ਆਉਣਾ, ਦਾਨ ਪੁੰਨ ਕਰਨਾ, ਲੰਗਰ ਦੀ ਸੇਵਾ ਕਰਨੀ, ਇਹ ਇੰਜ ਹੈ ਜਿਵੇਂ ਹੱਲ ਚਲਾਉਣਾ, ਖਾਦ ਪਾਣੀ, ਸਵਾਦਾ ਫੇਰਨਾ, ਪਾਣੀ ਦੇਣਾ, ਪਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ, ਉਹਦੇ ਚ ਧਿਆਨ ਜੋੜਨਾ ਹੈ, ਬੀਜ ਪਾਉਣਾ। ਤੇ ਬੀਜ ਹੀ ਕੁਝ ਨਹੀਂ, ਪੱਲੇ ਕੀ ਪਏ, ਕਿਸੇ ਦੇ ਪੱਲੇ ਕੁਛ ਨਹੀਂ। ਜਿਹੜੇ 40-40 ਸਾਲ ਤੋਂ ਗੁਰਦੁਆਰੇ ਆ ਰਹੇ ਨੇ ਗੁਸਤਾਖੀ ਮਾਫ, ਉਹਨਾਂ ਦੇ ਪੱਲੇ ਵੀ ਕੁਛ ਨਹੀਂ। ਮੈਂ ਦੇਖਿਆ ਗੁਰਦੁਆਰੇ ਨਾ ਆਉਣ ਵਾਲਾ ਬੰਦਾ ਜੇ ਕ੍ਰੋਧੀ ਹੈ ਤਾਂ ਗੁਰਦੁਆਰੇ ਆਉਣ ਵਾਲਾ ਵੀ ਕ੍ਰੋਧੀ ਹੈ, ਗੁਰਦੁਆਰੇ ਨਾ ਆਉਣ ਵਾਲਾ ਬੰਦਾ ਠੱਗ ਹੈ ਗੁਸਤਾਖੀ ਮਾਫ, ਗੁਰਦੁਆਰੇ ਆਉਣ ਵਾਲਾ ਵੀ ਕੋਈ ਬਹੁਤਾ ਇਮਾਨਦਾਰ ਨਹੀਂ, ਗੁਰਦੁਆਰੇ ਨਾ ਆਉਣ ਵਾਲਾ ਬੰਦਾ ਝੂਠਾ ਹੈ ਪਰ ਗੁਰਦੁਆਰੇ ਆਉਣ ਵਾਲਾ ਵੀ ਝੂਠਾ, ਗੁਰਦੁਆਰੇ ਜੋ ਨਹੀਂ ਆ ਰਿਹਾ ਵਿਤਰਿਆਂ ਦੇ ਭਰਿਆ ਹੋਇਆ ਔਰ ਤਰ੍ਹਾਂ ਤਰ੍ਹਾਂ ਦੇ ਹੰਕਾਰ ਨਾਲ ਭਰਿਆ ਹੋਇਆ, ਪਰ ਜਿਹੜਾ ਗੁਰਦੁਆਰੇ ਆ ਰਿਹਾ ਉਹ ਵੀ ਹੰਕਾਰ ਦੇ ਨਾਲ ਭਰਿਆ, ਉਹ ਵੀ ਵਿਤਕਰਿਆ ਨਾਲ ਭਰਿਆ ਹੋਇਆ। ਗੱਲ ਕੀ ਹੈ, ਆਉਣ ਵਾਲੇ ਤੇ ਨਾ ਆਉਣ ਵਾਲੇ ਚ ਕੋਈ ਬਹੁਤਾ ਫਰਕ ਨਹੀਂ ਦਿਖਾਈ ਦਿੰਦਾ, ਇਤਨੀ ਮਹਿਰਜ ਕਰਦੇ, ਕਦੀ ਬਗੌਰ ਮੁਤਾਲਾ ਕਰੋਗੇ ਕੋਈ ਬਹੁਤਾ ਫਰਕ ਨਹੀਂ ਦਿਖਾਈ ਦਿੰਦਾ। ਫਰਕ ਸਿਰਫ ਇਤਨਾ ਹੈ ਕਿ ਇੱਕ ਚੱਲਦਾ ਹੀ ਨਹੀਂ ਪਿਆ ਤੇ ਇੱਕ ਚੱਲ ਕੇ ਕਿਧਰੇ ਪਹੁੰਚੇ, ਬਸ ਇਤਨੀ ਗੱਲ ਹੈ। ਇੱਕ ਚੱਲਦਾ ਤੇ ਪਿਆ ਪਰ ਕਿਧਰੇ ਪਹੁੰਚਿਆ ਨਹੀਂ, ਇੱਕ ਚੱਲਦਾ ਹੀ ਨਹੀਂ ਪਿਆ, ਦੋਵੇਂ ਆਪਣੀ ਥਾਂ ਤੇ ਖੜੇ, ਦੋਵੇਂ ਭਟਕੇ, ਦੋਵੇਂ ਟਿਕਾਣੇ ਤੇ ਨਹੀਂ ਪਹੁੰਚੇ, ਦੋਵਿਆਂ ਕੋਲ ਰਸ ਨਹੀਂ ਹੈ। ਤੋ ਮੈਂ ਅੱਜ ਤਰ੍ਹਾਂ ਜਾਪ ਜਿਹੜਾ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ, ਇਹ 10ਵੇਂ ਦੁਆਰ ਤੱਕ ਪਹੁੰਚਣ ਦਾ ਜ਼ਰੀਆ ਇਹ ਹੀ ਹੈ, ਉਸ ਅਨਹਦ ਨਾਦ ਨੂੰ ਸੁਣਨ ਦਾ, ਉਸ ਪਰਮ ਪ੍ਰਕਾਸ਼ ਨੂੰ ਵੇਖਣ ਦਾ। ਹੁਣ ਜਾਣਾ ਤੇ ਅੰਦਰ ਹੈ ਨਾ, ਤਾਂ ਫਿਰ ਸਾਧਨਾ ਵੀ ਕੋਈ ਅੰਦਰੋਂ ਚਾਹੀਦੀ, ਬਾਹਰੋਂ ਨਹੀਂ, ਸ਼ਬਦ ਅੰਦਰੋਂ ਪ੍ਰਗਟ ਕਰਾਂਗੇ ਨਾ ਵਾਹਿਗੁਰੂ ਵਾਹਿਗੁਰੂ, ਬਾਹਰ ਵੀ ਤੁਸੀਂ ਮੂਰਤੀ ਨੂੰ ਗਿਆਨ ਜੋੜਿਆ। ਬਦਕਿਸਮਤੀ ਹੈ ਸਾਡੇ ਦੇਸ਼ ਦੀ ਕਿ ਸਾਡੇ ਵਿੱਚ ਜਿਹੜੇ ਕੁਝ ਕੋਟੀ ਦੇ ਸੰਤ ਕਹਿਲਾਉਂਦੇ ਨੇ ਗੁਰਬਾਣੀ ਗ੍ਰਾਮਰ ਤੋਂ ਬਿਲਕੁਲ ਅਣਜਾਣ ਹੈ, ਗੁਰਬਾਣੀ ਦੇ ਸਿਧਾਂਤ ਤੋਂ ਬਿਲਕੁਲ ਨਾ ਵਾਕਫ ਨੇ, ਔਰ ਜਿਹੜੇ ਗੁਰਬਾਣੀ ਦੇ ਸਿਧਾਂਤ ਤੋਂ ਵਾਕਫ ਨੇ
ਉਹ ਬਿਲਕੁਲ ਜਾਪ ਨਹੀਂ ਕਰਦਾ। ਇਹ ਕਮੀ ਹੈ, ਬਹੁਤ ਬਹੁਤ ਵੱਡੀ ਕਮੀ। ਉਹ ਕਹੀ ਜਾਂਦੇ ਨੇ ਇਸ ਤਰ੍ਹਾਂ ਦੇ ਸਾਧ ਵੀ, ਸਾਹਮਣੇ ਤਸਵੀਰ ਰੱਖੋ, ਉਹਦੇ 'ਚ ਧਿਆਨ ਜੋੜੋ, ਅਤੇ ਪੁਰਖ ਹੈ ਕਿ ਸਨਾਤਨ ਮੰਨਦਾ ਹੈ। ਫਿਰ ਗੁਰਮਤਿ ਦੀ ਕੀ ਲੋੜ ਪੈਗੀ, ਗੁਰੂ ਨਾਨਕ ਦੀ ਕੀ ਲੋੜ ਪੈਗੀ, ਜਿੱਥੇ ਸਾਹਿਬਾਂ ਨੇ ਕਹਿ ਦਿੱਤਾ ਹੈ ਕਿ ਉਹਦੇ ਚੱਕਰ ਚੈਨ ਤੋਂ ਨਿਆਰਾ, ਵਰਨ ਜਾਤ ਤੋਂ ਨਿਆਰਾ, ਉਹਦੀ ਕੀ ਮੂਰਤੀ ਬਣਾਈ, ਉਹਦੀ ਕੀ ਤਸਵੀਰ ਬਣਾਈ, ਕਿੱਥੇ ਧਿਆਨ ਦੇ। ਅਤੇ ਜਦ ਗੁਰਬਾਣੀ ਕੀ ਆਖਦੇ ਨੇ, ਧਿਆਨ ਧਰੋ ਕਹੇ ਕੋ ਮਨ ਮੇ, ਚਾਹੇ ਕੋ ਅਮਦੋਜ ਸਵੇ ਜਗ ਜਾਏ, ਧੁਨ ਮੇ ਧਿਆਨ, ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ, ਸ਼ਬਦ ਤੇ ਇਹ ਪੈ ਕਹਿੰਦੇ, ਤੂੰ ਕਹੀ ਜਾਂਦਾ ਤਸਵੀਰ ਵਿੱਚ ਧਿਆਨ ਦੋ, ਤੇਰੀ ਗੱਲ ਮੰਨੀਏ ਕਿ ਸ਼ਬਦ ਦੀ ਗੱਲ ਮੰਨੀਏ, ਤੇਰੀ ਗੱਲ ਮੰਨੀਏ ਕਿ ਗੁਰੂ ਨਾਨਕ ਦੀ ਗੱਲ ਮੰਨੀਏ। ਜਿਹੜੇ ਗੁਰੂ ਨਾਨਕ ਨਾਲ ਜੁੜਦੇ ਨੇ ਉਹ ਤੇ ਗੁਰੂ ਨਾਨਕ ਦੀ ਗੱਲ ਸੁਣਦੇ ਨੇ, ਮੰਨਦੇ ਨੇ। ਜਿਹੜੇ ਵਿਅਕਤੀਆਂ ਨਾਲ ਜੁੜਦੇ ਨੇ ਉਹ ਕੰਬਲ ਭੂਸਿਆਂ 'ਚ ਪੈ ਜਾਂਦੇ। ਇਤਨੀ ਮਿਹਨਤ ਕਰਦੇ, ਧੁਨ ਮੇ ਧਿਆਨ, ਧੁਨ ਮੇ ਧਿਆਨ ਜੋੜਨਾ, ਔਰ ਧੁਨ ਆਪਣੇ ਅੰਦਰੋਂ ਅਲੱਗ ਨਹੀਂ, ਔਰ ਉਹ ਨੌਨਿਧ ਨਾਮ ਅਨਹਦ ਨਾਥ ਤੇ ਪ੍ਰਕਾਸ਼ ਵੀ ਅੰਦਰ ਹੈ, ਬਾਹਰ ਨਾ ਲੱਭਣਾ। ਸਾਹਿਬ ਕਹਿੰਦੇ ਬਾਹਰ ਟੋਲੇ ਸੋ ਬਰਮ ਗੁਣਾ, ਜਿਹੜਾ ਬਾਹਰ ਟੋਲਣ ਦੀ ਕੋਸ਼ਿਸ਼ ਕਰੇਗਾ ਉਹ ਤੇ ਸੰਸਾਰ ਦਾ ਰਸ ਹੈ, ਨੌ ਇੰਦਰੀਆਂ ਦਾ ਰਸ ਹੈ, ਤੇ ਦਸਵੇਂ ਦੁਆਰ ਦਾ ਰਸ ਤੇ ਅੰਦਰ। ਸੁਰਤ ਨੂੰ ਅੰਤਰਮੁਖੀ ਕਰੋ, ਬਾਹਰਮੁਖੀ ਨਹੀਂ, ਔਰ ਸਾਰਿਆਂ ਦੇ ਅੰਦਰ ਉਹ ਪ੍ਰਭੂ ਦਾ ਨਾਮ ਹੈ। ਨਾਮ ਕੀ ਇੱਕ ਪ੍ਰਕਾਸ਼, ਨਾਮ ਕੀ ਇੱਕ ਅਨਹਦ ਨਾਮ, ਨੌ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਨੇ ਦੇਹੀ ਦੇ ਸ਼ਿਸ਼ ਸਮੁੱਚੀ ਧਰਤੀ ਦੇ ਥੱਲੇ ਪਾਣੀ ਹੈ, ਸਮੁੱਚੀ ਧਰਤੀ ਦੇ ਥੱਲੇ, ਪਰ ਖੁਦਾਈ ਕਰੀਏ ਤੇ ਪਾਣੀ ਨਿਕਲਦਾ, ਕਿਧਰੇ 2 ਫੁੱਟ ਖੋਦੀਏ ਤੇ ਪਾਣੀ ਨਿਕਲਦਾ, ਕਿਧਰੇ 4 ਫੁੱਟ ਖੁਦਾਈ ਕਰੀਏ ਪਾਣੀ ਨਿਕਲਦਾ, ਕਿਧਰੇ 8 ਫੁੱਟ ਖੁਦਾਈ ਕਰੀਏ ਪਾਣੀ ਨਿਕਲਦਾ, ਕਿਧਰੇ 100 ਫੁੱਟ ਖੋਦਣਾ ਪੈਂਦਾ। ਰਾਜਸਥਾਨ ਦਾ ਇਲਾਕਾ ਹਿੰਦੁਸਤਾਨ ਵਿੱਚ ਐਸਾ ਜਿੱਥੇ 400 ਫੁੱਟ ਖੁਦਾਈ ਕਰੋ ਜੈਸਲਮੇਰ ਤੇ ਪਾਣੀ ਨਿਕਲਦਾ, ਉਹ ਨਹੀਂ ਨਿਕਲਦਾ, ਪਰ ਦਿੱਲੀ ਦੇ ਐਸੇ ਇਲਾਕੇ ਨੂੰ ਤੁਸੀਂ 2 ਫੁੱਟ ਖੁਦਾਈ ਕਰੋ ਪਾਣੀ ਨਿਕਲਦਾ, ਕਿਧਰੇ 4 ਫੁੱਟ ਖੋਦੋ ਪੰਜਾਬ ਵਿੱਚ ਪਾਣੀ ਨਿਕਲਦਾ, 8 ਫੁੱਟ ਖੋਦੋ ਤੇ ਪਾਣੀ ਨਿਕਲ ਆਉਂਦਾ, ਪਰ ਕਿਧਰੇ 400 ਫੁੱਟ ਖੋਦੋ ਤੇ ਪਾਣੀ ਨਿਕਲਣਾ ਆਉਂਦਾ। ਪਾਣੀ ਸਮੁੱਚੀ ਜ਼ਮੀਨ ਦੇ ਥੱਲੇ, ਕਿਧਰੇ 2 ਫੁੱਟ ਖੋਦਣਾ ਪੈਂਦਾ, ਕਿਧਰੇ 200 ਫੁੱਟ ਖੋਦਣਾ ਪੈਂਦਾ। ਨੌ ਨਿਤ ਨਾਮ ਸਾਰਿਆਂ ਦੇ ਅੰਦਰ, ਪ੍ਰਭੂ ਦੀ ਜੋਤ ਸਾਰਿਆਂ ਦੇ ਅੰਦਰ ਹੈ, ਕਿਧਰੇ ਥੋੜਾ ਜਾਪ ਕਰੀਏ ਤੇ ਗੱਲ ਬਣ ਜਾਂਦੀ ਹੈ, ਕਿਧਰੇ ਬਹੁਤਾ ਜਾਪ ਕਰਨਾ, ਕਿਧਰੇ ਵਿਕਾਰਾਂ ਦੀ ਪਰਤ ਬਹੁਤੀ ਪਈ ਹੈ, ਵਿਕਾਰਾਂ ਦੇ ਪੱਥਰ ਬਹੁਤੇ ਪੈਣੇ, ਬਹੁਤੇ ਹਟਾਣੇ ਪੈਣੇ, ਬਹੁਤਾ ਸਮਾਂ ਲੱਗ ਜਾਂਦਾ ਹੈ। ਤੇ ਕਈਆਂ ਨੂੰ ਬਹੁਤਾ ਸਮਾਂ ਨਹੀਂ ਲੱਗਦਾ, 2 ਦਿਨ ਅਭਿਆਸ ਕੀਤਾ, 3ਰੇ ਦਿਨ ਨਾਮ ਗੱਲ ਪ੍ਰਗਟ ਹੋ ਜਾਂਦਾ। ਨਾ ਉਹਨੇ ਤਾਂ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਨੇ ਇਸ ਸਾਹਿਬ ਨਾਮ। ਹੁਣ ਮੁਕਤਸਰ ਮੈਂ ਸਮਾਪਤੀ ਕਰਾਂ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰੱਖਾ, ਤੇ 9 ਦਰਵਾਜ਼ੇ ਤੇ ਪ੍ਰਗਟ ਹੈ, ਤੇ ਉਹ ਜਿਹੜਾ 10ਵਾਂ ਦੁਆਰ ਉਹ ਗੁਪਤ ਹੈ, ਤੇ 9 ਉਹਨੇ ਦੇ ਨਾਮ ਉਹ 10ਵੇਂ ਦੁਆਰ ਤੇ, ਉਹ ਪਰਮ ਪ੍ਰਕਾਸ਼ 10ਵੇਂ ਦੁਆਰ ਤੇ ਹੈ, ਉਹ ਅਨਹਦ ਨਾਦ ਵੀ 10ਵੇਂ ਦੁਆਰ ਤੇ ਹੈ। ਤੇ ਹੁਣ ਕਿਸ ਤਰ੍ਹਾਂ ਪਹੁੰਚੀਏ ਉੱਥੇ, ਸਭ ਕਿਸ ਤਰ੍ਹਾਂ ਪਹੁੰਚੀਏ? ਕੁਝ ਯੁਗਤੀਆਂ ਤੇ ਉਗਤੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨਾ ਮੈਂ ਤੁਹਾਡੇ ਸਾਹਮਣੇ ਰੱਖਾਂ। ਕਬੀਰ ਕਹਿੰਦੇ, ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਬਾਜੇ। ਕਹਿੰਦੇ ਮੈਂ ਇਹਨਾਂ 9 ਦਰਵਾਜ਼ਿਆਂ ਨੂੰ ਬੰਦ ਕਰ ਖੜਿਆ, 10ਵਾਂ ਖੁੱਲ ਗਿਆ ਤੇ ਅਨਹਦ ਨਾਦ ਵੱਜਦੇ। 9 ਦਰਵਾਜ਼ੇ ਬੰਦ ਕਰ ਛੱਡੇ ਨੇ ਤਾਂ ਇਹ ਮਤਲਬ ਨਹੀਂ ਕਿ ਕੰਨਾਂ ਦੀ ਰੂਈ ਦੇ ਦਿੱਤੀ ਹੈ, ਅੱਖਾਂ ਬੰਦ ਕਰ ਛੱਡੀਆਂ, ਬੋਲਣਾ ਹੀ ਬੰਦ ਮੋਨੀ ਹੋ ਗਿਆ, ਐਸੀ ਗੱਲ ਨਹੀਂ। ਕਬੀਰ ਕਹਿ ਰਹੇ ਨੇ, ਮੇਰੀ ਜ਼ਬਾਨ ਬੋਲਦੀ ਹੈ, ਗਲਤ ਨਹੀਂ ਬੋਲਦੀ, ਕੰਨ ਸੁਣਦੇ ਨੇ, ਗਲਤ ਨਹੀਂ ਸੁਣਦੇ, ਅੱਖਾਂ ਵੇਖਦੀਆਂ ਨੇ, ਗਲਤ ਨਹੀਂ ਵੇਖਦੀਆਂ, ਖਲੜੀ ਸਪਰਸ਼ ਕਰਦੀ ਹੈ, ਗਲਤ ਨਹੀਂ ਕਰਦੀ, ਨਾਸਕਾ ਸੁਣਦੀ ਹੈ, ਗਲਤ ਨਹੀਂ ਸੁਣਦੀ। ਮੈਂ ਗਲਤ ਵੇਖਣ ਵਾਸਤੇ ਅੱਖਾਂ ਬੰਦ ਕਰਨੀ, ਗਲਤ ਸੁਣਨ ਵਾਸਤੇ ਕੰਨ ਬੰਦ ਕਰਨਾ, ਗਲਤ ਬੋਲਣ ਵਾਸਤੇ ਰਸਨਾ ਬੰਦ ਕਰ ਲਈ, ਗੱਲ ਖਤਮ, ਦਰਵਾਜ਼ੇ ਬੰਦ ਕਰ ਦਿਓ। ਮੂੰਹ ਦੇ ਲੀਏ ਦਰਵਾਜ਼ੇ, ਬੰਦਾ ਸੁਚੇਤ ਹੋਵੇ ਗਲਤ ਨਹੀਂ ਬੋਲੇਗਾ, ਬੰਦਾ ਸੁਚੇਤ ਹੋਵੇ ਗਲਤ ਨਹੀਂ ਵੇਖੇਗਾ, ਬੰਦਾ ਸੁਚੇਤ ਹੋਵੇ ਗਲਤ ਨਹੀਂ ਸੁਣੇਗਾ, ਅਚੇਤ ਪਾਏ ਤੇ ਸਾਰਾ ਅਨਰਥ ਹੁੰਦਾ ਸਾਡੇ ਕੋਲ।
ਅਜੇ ਜ਼ਮਾਨੇ ਚ। ਤੋ ਕਬੀਰ ਕਹਿੰਦੇ ਨੇ ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਅਨਹਦ ਨਾਦ ਵੱਜ ਕੇ ਦਸਵੇਂ ਦੁਆਰ ਦੇ। ਹੁਣ ਪਹਿਲੀ ਜਿਹੜੀ ਝਲਕ ਮਿਲਦੀ ਹੈ ਉਹ ਅਨਹਦ ਨਾਦ ਦੀ ਮਿਲਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹੀ ਜ਼ਿਕਰ ਕੀਤਾ, ਜਗਮਗ ਜੋ ਅਨਹਦ ਧੁਨ ਗਾਜ ਹੈ। ਭਾਈ ਸਾਹਿਬ ਕਹਿੰਦੇ ਨੇ ਹੇ ਪ੍ਰਭੂ ਮੈਂ ਅਨਹਦ ਨਾਦ ਸੁਣ ਰਿਹਾ ਤੇਰੇ ਦਰਵਾਜੇ ਤੇ, ਨੌਬਤ ਵੱਜ ਰਹੀ ਹੈ। ਤੋ ਨੌ ਦਰਵਾਜ਼ੇ ਬੰਦ ਕਰ ਛੱਡੇ ਭਾਉ, ਇਹਨਾਂ ਦਾ ਮੈਂ ਗਲਤ ਇਸਤੇਮਾਲ ਨਹੀਂ ਕਰਦਾ। ਹੁਣ ਕਬੀਰ ਕਹਿੰਦੇ ਨੇ ਮੈਂ ਦਸਵੇਂ ਦੁਆਰ ਤੇ ਪਹੁੰਚ ਗਿਆ, ਦਸਵੇਂ ਦੁਆਰ ਦੇ ਬਾਹਰ ਅਨਹਦ ਨਾਦ ਵੱਜ ਰਿਹਾ ਤੇ ਦਸਵਾਂ ਦੁਆਰ ਬੰਦ ਹੈ। ਦੁਆਰ ਤੱਕ ਪਹੁੰਚਦੇ ਆ ਅਨਹਦ ਨਾਦ ਵੱਜ ਪੈਂਦਾ। ਕਿਸੇ ਬੰਦੇ ਦੀ ਪਹਿਚਾਣ ਇਹੀ ਹੈ ਕਿ ਇਹ ਬੰਦਾ ਦਸਵੇਂ ਦੁਆਰ ਤੱਕ ਪਹੁੰਚ ਗਿਆ, ਬਟ ਇਤਨੀ ਪਹਿਚਾਣ ਉਹ ਅਨਹਦ ਨਾਦ ਸੁਣੇਗਾ। ਜੇ ਦਸਵਾਂ ਦੁਆਰ ਖੁੱਲ ਗਿਆ ਤਾਂ ਉਹਨੂੰ ਪ੍ਰਕਾਸ਼ ਦੀ ਝਲਕ ਦਿਖਾਈ ਗਈ, ਉਹਦੇ ਅੰਦਰ ਪ੍ਰਕਾਸ਼ ਹੋ ਗਿਆ। ਇਹ ਦੋ ਗੱਲਾਂ ਨੇ। ਕਬੀਰ ਜਿਸ ਵਕਤ ਦਸਵੇਂ ਦੁਆਰ ਤੱਕ ਪਹੁੰਚੇ ਨੇ ਤੇ ਅਨਹਦ ਨਾਦ ਨੂੰ ਸੁਣਿਆ, ਉਹ ਹੁਣ ਦੁਆਰ ਦੇ ਖੁੱਲਣ ਦੀ ਪ੍ਰਾਰਥਨਾ ਕਰਦਾ ਹੈ। ਦਰਮਾ ਦੇ ਥਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ। ਹੇ ਪ੍ਰਭੂ ਦਰਵਾਜ਼ਾ ਖੋਲ ਮੈਂ ਤੇਰੇ ਦਰਸ਼ਨ ਕਰਾਂ। ਤੇ ਹੁਣ ਲੱਕੜ ਦਾ ਦਰਵਾਜ਼ਾ ਹੋਵੇ ਤੇ ਖੋਲ ਲੈਂਦੇ ਆਪਾਂ, ਤੋੜ ਵੀ ਲਵਾਂਗੇ, ਖੋਲਣਾ ਕੀ ਤੋੜ ਵੀ ਲਵਾਂਗੇ ਜਿੰਨੀ ਖੁੱਲੇਗਾ ਤੇਰੇ। ਨਹੀਂ, ਇਹ ਦਸਵੇਂ ਦੁਆਰ ਦਾ ਜ਼ਿਕਰ ਹੈ। ਮਸਜਿਦ ਦੇ ਬੂਹੇ ਖੁਲਾ ਲੈਣਾ ਆਸਾਨ ਹੈ, ਗੁਰਦੁਆਰੇ ਦੇ ਬੂਹੇ ਖੁਲਾ ਲੈਣਾ ਆਸਾਨ ਹੈ, ਮੰਦਰ ਦੇ ਦਰਵਾਜ਼ੇ ਤੋੜ ਕੇ ਅੰਦਰ ਚਲੇ ਜਾਣਾ ਆਸਾਨ ਹੈ, ਪਰ ਖਿਮਾ ਕਰਨਾ ਆਪਣਾ ਦਸਵਾਂ ਦੁਆਰ ਖੋਲਣਾ ਬੜੀ ਔਖੀ ਗੱਲ ਹੈ, ਬਹੁਤ ਔਖੀ ਗੱਲ। ਦਰਮਾ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ। ਹੇ ਪ੍ਰਭੂ ਹੁਣ ਖੋਲ ਕੇ ਵਾਰ, ਦਿਖਾ ਲੇ ਦਰਸ਼ਨ ਐਸੀ ਬਖਸ਼ ਕਰੀਏ। ਹੇ ਪ੍ਰਭੂ ਇਹ ਦਰਵਾਜ਼ੇ ਖੋਲਣਾ ਆਪਣਾ ਦੀਦਾਰ ਦੇ। ਦਰਮਾ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ। ਮੈਂ ਤੇਰੇ ਦਰ ਤੱਕ ਪਹੁੰਚ ਗਿਆ, ਸਿਮਰਨ ਕਰਦਿਆਂ ਕਰਦਿਆਂ, ਅਭਿਆਸ ਕਰਦਿਆਂ ਕਰਦਿਆਂ, ਜਾਪ ਕਰਦਿਆਂ ਕਰਦਿਆਂ ਤੇਰੇ ਦਰ ਤੱਕ ਪਹੁੰਚ ਗਿਆ। ਤੇ ਦਰ ਦੇ ਕੀ ਪਹਿਚਾਣ ਹੈ? ਅਨਹਦ ਨਾਦ ਸੁਣਾਈ ਦੇਗਾ। ਅਨਹਦ ਨਾਦ ਕੀ ਹੈ? ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਮਣ ਹਾਰੇ ਕੇਤੇ ਰਾਗ ਪ੍ਰੀਤੋਂ ਕਈਆਂ ਕੇਤੇ ਗਾਵਣ ਹਾਰੇ। ਅਣਗਿਣਤ ਰਾਗ ਰਾਗਣੀਆਂ ਅਣਗਿਣਤ ਸਾਜ਼ਾਂ ਦੀ ਆਵਾਜ਼ ਉੱਤੇ ਸੁਣਾਈ ਦੇਗੀ। ਤਿੱਥੇ ਨਾਦ ਬਿਨੋ ਕੋੜ ਅਨੰਦ, ਬੜਾ ਹੀ ਪਰਮ ਆਨੰਦ, ਬੜਾ ਹੀ ਪਰਮ ਰਸ ਹੈ। ਕਰੋੜਾਂ ਤਰ੍ਹਾਂ ਦਾ ਸੰਗੀਤ ਹੈ, ਪਰ ਭਗਤ ਇੱਥੇ ਇਸੇ ਨਹੀਂ ਦਿੱਕਤ ਆਉਂਦਾ। ਕਹਿੰਦਾ ਪ੍ਰਭੂ ਤੈਨੂੰ ਸੁਣ ਤੇ ਲਿਆ, ਤੈਨੂੰ ਵੇਖਣਾ ਵੀ, ਹੁਣ ਤੈਨੂੰ ਵੇਖਣਾ, ਤੈਨੂੰ ਸੁਣ ਤੇ ਲਿਆ। ਆਵਾਜ਼ ਤੇ ਦੂਰੋਂ ਵੀ ਸੁਣਾਈ ਦੇ ਦਿੰਦੀ, ਪਰ ਵੇਖਣ ਵਾਸਤੇ ਕੁਛ ਨੇੜ ਚਾਹੀਦੀ। ਅੰਦਰ ਕਮਰੇ 'ਚ ਵੀ ਕੋਈ ਆਵਾਜ਼ ਹੋ ਰਹੀ ਹੋਵੇ ਤੇ ਬਾਹਰ ਸੁਣਾਈ ਦੇ ਜਾਂਦੀ, ਪਰ ਦੇਖਣ ਵਾਸਤੇ ਤੇ ਨੇੜਤਾ ਚਾਹੀਦੀ। ਕਬੀਰ ਕਹਿੰਦੇ ਪ੍ਰਭੂ ਮੈਂ ਤੈਨੂੰ ਸੁਣ ਲਿਆ, ਹੁਣ ਮੈਂ ਤੈਨੂੰ ਵੇਖਣਾ, ਤੂੰ ਦੀਦਾਰ ਦੇ। ਦਰਵਾਜ਼ੇ ਖੋਲ, ਜਾਪ ਜਾਰੀ ਹੈ, ਵਾਹਿਗੁਰੂ ਵਾਹਿਗੁਰੂ ਦਾ ਜਾਪ ਜਾਰੀ ਹੋਵੇ। ਤੋ ਸਭ ਤੋਂ ਪ੍ਰਥਮ ਅਨਹਦ ਨਾਦ ਸੁਣਾਈ ਦਿੰਦਾ, ਤੇ ਜਿਉਂ ਅਨਹਦ ਨਾਦ ਸੁਣਾਈ ਦਿੰਦਾ ਅੰਦਰ ਉਹ ਬੰਦਾ ਪ੍ਰਾਰਥਨਾ ਕਰਦਾ, ਅਰਦਾਸ ਕਰਦਾ, ਹੇ ਪ੍ਰਭੂ ਮੇਰ ਕਰ, ਬਖਸ਼ਿਸ਼ ਕਰ, ਹੁਣ ਤੂੰ ਆਪਣੀ ਝਲਕ ਲੈ। ਇੱਕ ਦਿਨ ਉਹ ਦਰਵਾਜ਼ਾ ਖੁੱਲ ਜਾਂਦਾ ਔਰ ਮਨੁੱਖ ਉਸ ਪਰਮ ਨੂਰ ਨੂੰ ਵੇਖ ਲੈਂਦਾ, ਉਸ ਪਰਮ ਚਾਨੇ ਨੂੰ ਵੇਖ ਲੈਂਦਾ। ਨਾਮ ਜਪਤ ਕੋਟ ਸੂਰ ਉਜਾਰਾ, ਬਿਨ ਸੇ ਭਰਮ ਅੰਧੇਰਾ। ਤੇ ਜਿਸ ਦਿਨ ਉਸ ਨੂਰ ਨੂੰ ਵੇਖ ਲੈਂਦਾ ਜ਼ਿੰਦਗੀ ਸਫਲ ਹੋ ਗਈ, ਜੀਵਨ ਸਫਲ ਹੋ ਗਿਆ। ਸਫਲ 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 ਭਈ ਯਾਤਰਾ, ਆਉਣ ਜਾਣ ਰਹੇ ਮਿਲੇ ਸਨ, ਜ਼ਿੰਦਗੀ ਦੀ ਯਾਤਰਾ ਸਫਲ ਹੋ ਗਈ। ਤਾਂ ਮੈਂ ਗੱਲ ਨੂੰ ਬਹੁਤ ਗੱਲ ਮਕਾਵਾਂ ਨਾ, ਆਪਾਂ ਪਹੁੰਚਣਾ ਕਿੱਥੇ? ਅਨਹਦ ਨਾਦ ਤੱਕ। ਆਪਾਂ ਪਹੁੰਚਣਾ ਕਿੱਥੇ? ਪਰਮ ਨੂਰ ਤੱਕ। ਇਹ ਕਥਾ ਕੀਰਤਨ ਸਾਧਨ ਹੈ, ਨਿਤਨੇਮ ਸਾਧਨ ਹੈ, ਗੁਰਦੁਆਰੇ ਆਉਣਾ ਸਾਧਨ ਹੈ, ਦਸਮ ਦੌਰ ਤੱਕ ਪਹੁੰਚਣ ਦਾ ਔਰ ਉਸ ਪਰਮ ਨੂਰ ਨੂੰ ਵੇਖਣ ਦਾ। ਇਸ ਸਾਧਨ ਤੋਂ
ਅਸੀਂ ਇਹ ਸਾਧਨਾ ਲੈਣੀ ਹੈ ਕਿਹੜੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ, ਸਿਰਫ 5 ਮਿੰਟ ਕਰਿਆ ਕਰੋ, 6 ਮਿੰਟ ਵੀ ਨਹੀਂ, 5 ਮਿੰਟ, 5 ਮਿੰਟ ਕਾਫੀ ਹੈ। ਇਹ ਗੱਲ ਵੱਖਰੀ ਕਿ 5 ਮਿੰਟ ਵੀ ਨਹੀਂ ਕਰ ਸਕੋਗੇ। ਮੈਂ ਪਹਿਲੇ ਅਰਜ਼ ਕੀਤੀ 5 ਮਿੰਟ ਬਹੁਤਾ, 1 ਮਿੰਟ ਵੀ ਨਹੀਂ ਕਰ ਸਕੋਗੇ, ਅੱਧਾ ਮਿੰਟ ਵੀ ਨਹੀਂ ਕਰ ਸਕੋਗੇ। ਤੇ ਲਫ਼ਜ਼ ਮੈਂ ਫਿਰ ਦੋਹਰਾ ਰਿਹਾ, ਇੱਕ ਅੱਧਾ ਮੈਂ ਘੰਟਾ 2 ਘੰਟਾ ਕਰ ਸਕਦਾ, ਤੁਸੀਂ ਸੁਣ ਸਕਦੇ ਹੋ, ਬਹੁਤ ਵੱਡੀ ਗੱਲ ਹੈ। ਤੇ ਫਿਰ ਸਪੇ ਨੇ ਵਿਚਾਰਨਾ, ਪਰ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ, ਹੁਣ ਇੱਥੇ ਵਿੱਚ ਧਿਆਨ ਜੋੜਨਾ, ਇਹ ਗੱਲ ਬੜੀ ਹੋਵੇਗੀ, ਨਹੀਂ ਜੁੜੇਗੀ। ਧੁਨ ਜ਼ਬਾਨ ਤੇ ਹੋਵੇਗੀ, ਧਿਆਨ ਕਿਸੇ ਹੋਰ ਪਾਸੇ ਹੋਵੇਗਾ, ਨਹੀਂ ਜੁੜੇਗਾ। ਇਹ ਸਾਧਨਾ ਤੁਸੀਂ ਰੋਜ਼ ਕਰਦੇ ਜਾਓ, ਕਰਦੇ ਜਾਓ, ਜਿਉਂ ਧੁਨ ਤੇ ਧਿਆਨ ਨੇੜੇ ਆਉਣਗੇ ਤੇ ਧਿਆਨ ਧੁਨ ਵਿੱਚ ਲੀਨ ਹੋ ਜਾਏਗਾ, ਇਹ ਧੁਨ ਬੰਦ ਹੋ ਜਾਏਗੀ, ਅਨਹਦ ਧੁਨ ਅੰਦਰੋਂ ਪ੍ਰਗਟ ਹੋ ਜਾਏਗੀ। ਅਨਹਦ ਬਾਣੀ ਨਾਦ ਵਜਾਇਆ, ਚੇਤ ਅਚੇਤ ਮੂਲ ਮਨ ਮੇਰੇ ਬਾਜੇ ਅਨਹਦ ਬਾਜਾ, ਸੁਨ ਸਮਾਦ ਅਨਹਦ ਤੇ ਨਾਦ ਕਹਿਣ ਨਾ ਜਾਈ ਅਚਲ ਵਿਸਮਾ। ਉਹ ਅਨਹਦ ਨਾਦ ਵੱਜ ਪਏਗਾ, ਪਰ ਅਨਹਦ ਨਾਦ ਸੁਣ ਕੇ ਵੀ ਫਲ ਤ੍ਰਿਪਤ ਨਹੀਂ ਹੁੰਦਾ। ਉਹ ਕਹਿੰਦਾ ਹੇ ਪ੍ਰਭੂ ਤੈਨੂੰ ਸੁਣ ਲਿਆ, ਹੁਣ ਤੈਨੂੰ ਵੇਖ ਲੈ। ਇਸ ਵਾਸਤੇ ਦਰਸ਼ਨ ਬੀਜੇ ਖੋਲ ਕੇ ਵਾਰ, ਹੁਣ ਤੂੰ ਦਸਵਾਂ ਦੁਆਰ ਵੀ ਖੋਲ, ਤਾਂ ਕਿ ਮੈਂ ਉਸ ਪਰਮ ਨੂਰ ਨੂੰ ਵੇਖਾਂ, ਉਸ ਪਰਮ ਚਾਨੇ ਨੂੰ ਵੇਖਾਂ। ਸਾਹਿਬ ਗੁਰੂ ਸਾਹਿਬ ਜੀ ਮਹਾਰਾਜ ਸਾਰਿਆਂ ਤੇ ਬਖਸ਼ਿਸ਼ ਵਰਤਾਨ, ਸਾਰੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਘਰ ਵਿੱਚ ਅਭਿਆਸ ਕਰਨ, ਤੇ ਜਿਹੜਾ ਘਰ ਵਿੱਚ ਅਭਿਆਸ ਕਰਦਾ 5 ਮਿੰਟ, 10 ਮਿੰਟ, 15 ਮਿੰਟ, ਉਹਨੂੰ ਇੱਥੇ ਕੀਰਤਨ ਸੁਣਨ ਦੇ ਵਿੱਚ ਵੀ ਰਸ ਆਵੇਗਾ, ਉਹਨੂੰ ਕਥਾ ਸੁਣਨ ਦੇ ਵਿੱਚ ਵੀ ਕੁਛ ਆਨੰਦ ਮਿਲੇਗਾ, ਉਹ ਸਤਿਗੁਰੂ ਦਾ ਜਿਵੇਂ ਵਾਕ ਸੁਣੇਗਾ ਉਹਦੇ 'ਚ ਵੀ ਉਸਨੂੰ ਕੁਛ ਮਸਤੀ ਮਿਲੇਗੀ। ਅਤੇ ਜਿਹਦੀ ਘਰ ਕੁਛ ਤਿਆਰੀ ਨਹੀਂ, ਇੱਥੇ ਬੇਦਾਰ ਬੈਠੇਗਾ, ਬੇਚੈਨ ਬੈਠੇ, ਔਖਾ ਬੈਠੇ, ਵਕਤ ਦੇਖਦਾ ਰਹੇਗਾ, ਕਈ ਸਿਰ ਢਾ ਕੇ ਬੈਠੇ ਹੁੰਦੇ, ਕਈ ਮੱਥੇ 'ਤੇ ਵੱਟ ਪਾ ਕੇ ਬੈਠੇ ਹੁੰਦੇ, ਕਈ ਹੋਕੇ ਭੈ ਫਰਦੇ ਹੁੰਦੇ, ਕਈ ਚਿੰਤਾ 'ਚ ਬੈਠੇ ਹੁੰਦੇ, ਤਿਆਰੀ ਹੋਈ। ਅਤੇ ਘਰੋਂ ਜਿਹੜਾ ਤਿਆਰੀ ਕਰਕੇ ਨਹੀਂ ਆਇਆ, ਜਿਹੜਾ ਬੱਚਾ ਸਬਕ ਪੂਰਾ ਯਾਦ ਕਰਕੇ ਨਹੀਂ ਆਇਆ, ਇਮਤਿਹਾਨ 'ਚ ਬੈਠੇਗਾ ਕੀ ਕਰਨਾ? ਇੱਥੇ ਤਾਂ ਇਮਤਿਹਾਨ ਵਿੱਚ ਬੈਠਣਾ, ਇੱਥੇ ਤਾਂ ਬੈਠਣਾ ਗੁਰੂ ਦੀ ਗੋਦ 'ਚ ਇਮਤਿਹਾਨ ਹੈ, ਕੋਈ ਤਾਂ ਜੁੜਦਾ ਹੈ ਕਿ ਨਹੀਂ ਜੁੜਦਾ, ਤੈਨੂੰ ਕੋਈ ਰਸ ਆਉਂਦਾ ਹੈ ਕਿ ਨਹੀਂ, ਰਸ ਕਿਹਨੂੰ ਆਵੇਗਾ ਜਿਹਦੀ ਤਿਆਰੀ ਹੈ? ਤੇ ਤਿਆਰੀ ਕੀ ਹੈ? ਧੁਨ ਧਿਆਨ ਦੀ ਸਾਧਨਾ ਕਰਨੀ। ਸਤਿਗੁਰੂ ਦੇਵ ਜੀ ਮਹਾਰਾਜ ਇਹ ਸਾਰਿਆਂ ਨੂੰ ਸਾਧਨਾ ਅਦਾ ਫਰਮਾਉਣ, ਤੇ ਸਾਰੇ ਇਹ ਸਾਧਨਾ ਕਰਨ, ਤਾਂ ਕਿ ਅਸੀਂ ਉੱਥੇ ਤੱਕ ਪਹੁੰਚ ਸਕੀਏ ਜਿਸ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਦਸਮ ਦੁਆਰ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ।